ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਸਿਹਤ ਵਿੱਚ ਸੁਧਾਰ ਹੈ, ਖਤਰੇ ਵਾਲੀ ਕੋਈ ਗੱਲ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਦੇ ਕੋਰੋਨਾ ਟੈਸਟ ਹੋਣਗੇ, ਜਿਸ ਲਈ ਸਾਰੇ ਮੰਤਰੀਆਂ ਦੇ ਨਮੂਨੇ ਅੱਜ ਲੈ ਲਏ ਗਏ ਹਨ। ਅਜੇ ਨੂੰ 5 ਦਿਨ ਹੋਏ ਨੇ ਅਤੇ ਮੈਂ 5 ਦਿਨਾਂ ਬਾਅਦ ਮੈਂ ਵੀ ਦੁਬਾਰਾ ਕਰਵਾਵਾਂਗਾ, ਕਿਉਂਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਇਹਨਾਂ ਨੇ ਬਹੁਤ ਸਾਰੇ ਲੋਕਾਂ ਨਾਲ ਉਹਦੀ ਮੁਲਾਕਾਤ ਹੁੰਦੀ ਹੈ, ਔਰ ਉਸ ਮੁਲਾਕਾਤ ਵਿੱਚ ਕੌਣ ਬੰਦਾ ਹੁੰਦਾ ਕੌਣ ਨਹੀਂ ਹੁੰਦਾ ਸਾਨੂੰ ਕਈ ਵਾਰੀ ਪਹਿਚਾਣ ਨਹੀਂ ਹੁੰਦੀ। ਅਤੇ ਪੂਰਾ ਦੇਖਣ ਸਵੇਰ ਦਾ ਮੇਰੇ ਕੋਲ ਕਿੰਨਾ ਕਰਾਊਡ ਸੀਗਾ, ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਸੋਸ਼ਲ ਡਿਸਟੈਂਸ ਬਣਾ ਕੇ ਰੱਖਿਆ ਜਾਵੇ, ਲੇਕਿਨ ਉੱਥੇ ਦਾ ਰੱਖ ਲਿਆ। ਉੱਥੇ ਬਾਅਦ ਜੋ ਲੋਕ ਇਕੱਠੇ ਹੁੰਦੇ ਨੇ ਲੋਕਾਂ ਨੂੰ ਅੰਦਰ ਬੈਠਣ ਨੂੰ ਵੀ ਕਹਿੰਦੇ ਬੈਠਣ ਬੈਠਦੇ ਨੇ, ਪਰ ਪੋਲੀਟੀਕਲ ਬੰਦਿਆਂ ਨੂੰ ਫੀਲਡ 'ਚ ਜਾਣਾ ਪੈਂਦਾ ਕਿ ਤੁਸੀਂ ਆਪਣਾ ਮਹਿਕਮਾ ਚਲਾਉਣਾ, ਤੁਸੀਂ ਆਪਣੇ ਐਮ ਐਲ ਏ ਸਾਹਿਬ ਨੇ ਆਪਣੇ ਹਲਕੇ ਦੇ ਪ੍ਰੋਬਲਮ ਸਮੱਸਿਆਵਾਂ ਨੂੰ ਅਤੇ ਲੋਕਾਂ 'ਚ ਵਿਚਰਨਾ ਪੈਂਦਾ। ਤਾਂ ਉਸੇ ਵਿਚਰਨ ਕਰਕੇ ਸਾਡੇ ਜਿਹੜੇ ਸੀਨੀਅਰ ਮੰਤਰੀ ਨੇ ਬਾਜਵਾ ਸਾਹਿਬ ਪੋਜੀਟਿਵ ਹੋਏ ਨੇ, ਪਰ ਬੜੀ ਮਿਹਰਬਾਨੀ ਕਿਰਪਾ ਹੈ ਕਿ ਬਿਲਕੁਲ ਉਹ ਠੀਕ ਠਾਕ ਨੇ, ਔਰ ਜਿੰਨੇ ਉਹਦੇ ਟੈਸਟ ਰਾਤ ਹੋਏ ਨੇ ਸਾਰੇ ਟੈਸਟ ਆਕਸੀਜਨ ਲੈਵਲ ਸੀ ਜਾਂ ਹੋਰ ਲੈਵਲ ਸਾਰੇ ਓਕੇ ਨੇ, ਬਿਲਕੁਲ ਫਾਈਨ ਨੇ ਇਸ ਵੇਲੇ। ਅਤੇ ਪਰਮਾਤਮਾ ਕਰੇ ਵੀ ਕੱਲ੍ਹ ਸ਼ਾਮ ਜਾਂਦਾ ਬਹੁਤ ਆਪਣੇ ਘਰ ਉਹਨਾਂ ਨੂੰ ਕੁਆਰੰਟਾਈਨ ਕੀਤਾ। ਕਿੱਥੇ ਉਹਨਾਂ ਨੇ ਇਸ ਵੇਲੇ ਰੱਖਿਆ ਗਿਆ? ਉਹਦੇ ਸਾਰੇ ਟੈਸਟ ਰਿਪੋਰਟਿੰਗ ਹੋਏ ਨੇ ਅਤੇ ਫੋਟੇਜ ਵਿੱਚੋਂ ਬਲੱਡ ਆਕਸੀਜਨ ਲੈਵਲ, ਬਾਕੀ ਜਿਹੜਾ ਨਮੂਨੀਆ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ। ਬੁਖਾਰ ਚੱਲ ਰਿਹਾ ਸੀਗਾ ਹੁਣ ਤੱਕ? ਨਹੀਂ, ਉਹ ਬੁਖਾਰ ਥੋੜ੍ਹਾ ਸੀਗਾ ਲੇਕਿਨ ਹੁਣ ਨੋਰਮਲ। ਬਾਕੀ ਕੈਬਨਿਟ ਦੀ ਟੈਸਟਿੰਗ ਜਿਹੜੀ ਆ ਉਹਦੇ ਲਈ ਅੱਜ ਸਾਡੇ ਜਿੰਨੇ ਸਾਡੇ ਕੈਬਨਿਟ ਦੇ ਵਜ਼ੀਰ ਸਾਰਿਆਂ ਨੇ 11 ਵਜੇ ਜਾ ਕੇ ਉੱਥੇ ਪੰਜਾਬ ਭਵਨ 'ਚ ਟੈਸਟ ਆਪਰੇਸ਼ਨ ਕਰ ਦਿੱਤੇ ਨੇ, ਜਿਹਦੇ ਰਿਜ਼ਲਟ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਪੈ ਜਾਣਗੇ। ਖੁਦ ਚਾਹੀਦਾ ਕਿ ਅਸੀਂ ਜੋ ਸਰਕਾਰ ਨੇ ਗਾਈਡਲਾਈਨ ਜਾਰੀ ਕੀਤੇ, ਮਾਸਕ ਪਹਿਨਣਾ, ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ, ਘੱਟ ਤੋਂ ਘੱਟ ਬਾਹਰ ਨਿਕਲਣਾ, ਖਾਸ ਕਰ ਜਿਹੜੇ ਕੋਮੋਰਬਿਡ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ, ਜਿਵੇਂ ਸ਼ੂਗਰ ਦਾ ਮਰੀਜ਼ ਆ ਜਾਂ ਹਾਈਪਰਟੈਂਸ਼ਨ ਜਾਂ ਕਿਡਨੀ ਦਾ ਜਾਂ ਕੈਂਸਰ ਹੈ ਜਾਂ ਅਸਥਮਾ ਜਾਂ ਟੀਬੀ ਹੈ, ਉਹ ਤਾਂ ਬਿਲਕੁਲ ਹੀ ਸੀਨੀਅਰ ਏਜ 'ਚ ਹੈਗੇ ਨੇ, ਉਹਨਾਂ ਨੂੰ ਬਿਲਕੁਲ ਇਸ ਗੱਲ ਦਾ ਪਰਹੇਜ਼ ਕਰਨਾ ਚਾਹੀਦਾ। ਬਾਕੀ ਜਿਹੜੇ ਆਮ ਜਨਤਾ ਹੈ ਉਹਨਾਂ ਨੇ ਕੰਮ ਕਰਨਾ ਵੀ ਜ਼ਰੂਰੀ ਹੈ ਅਤੇ ਪ੍ਰਿਕੋਸ਼ਨ ਲੈਣਾ। ਕੈਪਟਨ ਸਾਹਿਬ ਜਿਹੜੇ ਆਪ ਕੈਪਟਨ ਦੇ ਪ੍ਰੋਗਰਾਮ ਦੇ ਸੋਸ਼ਲ ਮੀਡੀਆ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਹੁਣ ਮਜਬੂਰ ਹੋ ਰਿਹਾ ਸਖਤੀ ਕਰਨ ਕੇ, ਲੋਕ ਬਹੁਤ ਲਾਪਰਵਾਹੀ। ਬਿਲਕੁਲ ਬਿਲਕੁਲ, ਦੇਖੋ ਅਸੀਂ ਲੋਕਾਂ ਨੂੰ ਬੜਾ ਹੱਥ ਬੰਨ ਕੇ ਇਹ ਸਮਝਾਇਆ ਵੀ ਭਾਈ ਅਪੀਲ ਕਰਦੇ ਹਾਂ ਕਿੰਨਾ ਆਪਾਂ ਰੋਜ਼ ਖਰਚਾ ਐਡ 'ਤੇ ਕਰ ਰਹੇ ਹਾਂ, ਕਿੰਨਾ ਆਪਣਾ ਦੇਖੋ ਜਦੋਂ ਬੰਦਾ ਮੋਬਾਈਲ ਔਨ ਕਰਦਾ ਨਾਲ ਦੀ ਨਾਲ ਐਪ ਸ਼ੁਰੂ ਹੋ ਜਾਂਦਾ ਕਿ ਵੀ ਤੁਸੀਂ ਭਾਈ ਪ੍ਰਿਕੋਸ਼ਨ ਰੱਖੋ, ਲੇਕਿਨ ਲੋਕ ਉਹਦੀ ਪਰਵਾਹ ਨਹੀਂ ਸੀ ਕਰਦੇ। ਲੇਕਿਨ ਹੁਣ ਸਖਤੀ ਨਾਲ ਚਲਾਣ ਵੀ ਹੋ ਰਹੇ ਨੇ, ਸਭ ਕੁਛ ਹੋ ਰਿਹਾ, ਲੇਕਿਨ ਕੁਛ ਲੋਕ ਹਲੇ ਵੀ ਜਿਹੜਾ ਆਪਣੇ ਆਪ ਨੂੰ ਉੱਪਰ ਸਮਝਦੇ ਨੇ ਉਹਨਾਂ ਨੇ ਫਿਰ ਸਖਤੀ ਕਰਨੀ ਸ਼ੁਰੂ। ਅਤੇ ਕੈਬਨਿਟ ਦੇ ਵਿੱਚ ਅੱਜ ਕੋਈ ਵੱਡੇ ਫੈਸਲੇ ਸਖਤੀ ਲਈ ਵਰਤੇ ਜਾਣਗੇ? ਦੇਖੋ ਕੈਬਨਿਟ ਦਾ ਏਜੰਡਾ ਹਲੇ ਮੈਂ ਹੁਣ ਪੜ੍ਹਨ ਲੱਗਿਆ ਹੈਗਾ, ਸਵੇਰ ਦਾ ਲੋਕਾਂ ਨੂੰ ਮਿਲਿਆ ਹੈਗਾ, ਲੇਕਿਨ ਜੋ ਉੱਥੇ ਪੈਸੇ ਕੋਵਿਡ ਦੇ ਗੱਲ ਜ਼ਰੂਰ ਹੋਏਗੀ ਤਾਂ ਉਸੇ ਦੀ ਗੱਲ ਫਿਰ ਦੇਖੋ। ਦੇਖੋ ਸੁਣੋ, ਜਿਹੜੀ ਐਕਸਪਰਟ ਕਮੇਟੀ ਆ ਉਹ ਪੂਰੇ ਹਿੰਦੁਸਤਾਨ ਨੂੰ ਪੂਰੇ ਵਾਰਡ ਨੂੰ ਵਾਚ ਕਰਦੀ ਹੈ, ਉਹਨਾਂ ਨੇ ਵੀ ਆਪਣੀ ਰਾਏ ਉੱਥੇ ਦੇਣੀ ਆ, ਉਸ ਰਾਏ ਤੋਂ ਬਾਅਦ ਸਾਡੇ ਜਿਹੜੇ ਵਜ਼ੀਰ ਸਾਹਿਬਾਨ ਸਾਰੇ ਹੈਗੇ ਨੇ ਉਹ ਆਪਣੀ ਸਾਂਝੀ ਰਾਏ ਦੇਣਗੇ, ਆਪਾਂ ਆਪਣੇ ਵਿਚਾਰ ਰੱਖਣਗੇ, ਫਿਰ ਉਸ ਤੋਂ ਬਾਅਦ ਫੈਸਲਾ ਸੀਐਮ ਸਾਹਿਬ ਦੇ ਉੱਤੇ ਹੁੰਦਾ। ਹਰ ਆਮ ਉਹ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ, ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।